ਕਿਵੇਂ ਬਣਦਾ ਹੈ ਸ਼੍ਰੀ ਦਰਬਾਰ ਸਾਹਿਬ 'ਚ ਸ਼ਰਧਾਲੂਆਂ ਦੇ ਲਈ ਲੰਗਰ। ਇੱਕ ਦਿਨ 'ਚ ਕਰੀਬ 100 ਕੁਇੰਟਲ ਆਟੇ ਤੋਂ ਬਣਦਾ ਹੈ ਪ੍ਰਸ਼ਾਦਾ। 20 ਤੋਂ 25 ਕੁਇੰਟਲ ਬਣਦੀ ਹੈ ਰੋਜ਼ਾਨਾ ਦੀ ਦਾਲ ਅਤੇ ਸਬਜ਼ੀ। ਰੋਜ਼ਾਨਾ 6 ਤੋਂ 7 ਕੁਇੰਟਲ ਦੇਸੀ ਘਿਓ ਨਾਲ ਤਿਆਰ ਹੁੰਦਾ ਹੈ ਲੰਗਰ। ਲੰਗਰ ਪਕਾਉਣ ਲਈ ਲੱਗ ਜਾਂਦੇ ਨੇ ਕਰੀਬ 20 ਸਿਲੰਡਰ। 400 ਦੇ ਕਰੀਬ ਸੇਵਾਦਾਰ ਤਿਆਰ ਕਰਦੇ ਹਨ ਲੰਗਰ। ਦੁਨੀਆ ਭਰ ਦੇ ਵਿੱਚੋਂ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ, ਪਰ ਇੱਥੇ ਆਉਣ ਵਾਲੀ ਸੰਗਤ ਦੇ ਲਈ 24 ਘੰਟੇ ਵਰਤਾਏ ਜਾਣ ਵਾਲਾ ਲੰਗਰ ਆਖਿਰਕਾਰ ਕਿਸ ਤਰੀਕੇ ਦੇ ਨਾਲ ਤਿਆਰ ਹੁੰਦਾ ਹੈ, ਪੂਰਾ ਕੀ ਪ੍ਰੋਸੈਸ ਰਹਿੰਦਾ ਹੈ, ਇਹ ਲੰਗਰ ਦੇ ਵਿੱਚ ਵਰਤਾਈ ਜਾਣ ਵਾਲੀ ਦਾਲ ਜਾਂ ਪ੍ਰਸ਼ਾਦੇ ਕਿੱਦਾਂ ਤਿਆਰ ਕੀਤੇ ਜਾਂਦੇ ਨੇ, ਕਿੰਨੀ ਮਿਹਨਤ ਲੱਗਦੀ ਹੈ ਔਰ ਕਿਸ ਤਰੀਕੇ ਦੇ ਨਾਲ ਪੰਗਤ ਦੇ ਵਿੱਚ ਵਰਤਾਏ ਜਾਂਦੇ ਆ, ਤਾਂ ਅੱਜ ਦੀ ਇਸ ਰਿਪੋਰਟ ਦੇ ਵਿੱਚ ਇੱਕ ਇੱਕ ਜਾਣਕਾਰੀ ਸਾਂਝੀ ਕਰਾਂਗੇ। ਤਾਂ ਇਸ ਵੇਲੇ ਮੈਂ ਉਸ ਰਸੋਈ ਦੇ ਵਿੱਚ ਜਿੱਥੇ ਸੰਗਤ ਦੇ ਲਈ ਦਾਲ ਜਾਂ ਸਬਜ਼ੀ ਤਿਆਰ ਕੀਤੀ ਜਾਂਦੀ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੇ ਆਕਾਰ ਦੇ ਇਹ ਕੜਾਏ ਨੇ ਜਿਨ੍ਹਾਂ ਦੇ ਵਿੱਚ ਦਾਲਾਂ, ਸਬਜ਼ੀਆਂ, ਖੀਰ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਤਿਆਰ ਹੁੰਦੀਆਂ ਨੇ। ਤਾਂ ਇੱਕ ਸਮੇਂ 'ਤੇ ਕਈ ਕੁਇੰਟਲ ਜਿਹੜੀ ਦਾਲ ਹੈ ਉਹ ਇਹਨਾਂ ਵੱਡੇ ਕੜਾਹਿਆਂ ਦੇ ਵਿੱਚ ਤਿਆਰ ਕੀਤੀ ਜਾ ਸਕਦੀ ਹੈ। ਇਸ ਵੇਲੇ ਤੁਸੀਂ ਦੇਖੋ ਕਿ ਜਿਹੜੇ ਸੇਵਾਦਾਰ ਨੇ ਉਹ ਹਰ ਰੋਜ਼ ਦੀ ਤਰ੍ਹਾਂ ਇਸ ਸੇਵਾ ਦੇ ਵਿੱਚ ਲੱਗੇ ਹੋਏ ਨੇ। ਤਾਂ ਹੁਣ ਤੁਸੀਂ ਦੇਖੋ ਕਿ ਇੱਥੇ ਜਿਹੜੇ ਚਾਵਲ ਨੇ ਉਹ ਧੋ ਕੇ ਇਹਨਾਂ ਦੀ ਜਾਂ ਖੀਰ ਬਣਾਈ ਜਾਏਗੀ ਜਾਂ ਕਿਸ ਤਰੀਕੇ ਦੇ ਨਾਲ ਚੌਲ ਜਿਹੜੇ ਨੇ ਉਹ ਵਰਤਾਏ ਜਾਣੇ ਨੇ। ਤਾਂ ਪਹਿਲਾਂ ਉਸਦੀ ਸਾਫ਼ ਸਫਾਈ ਜਿਹੜੀ ਹੈ ਉਸਦਾ ਧਿਆਨ ਰੱਖਿਆ ਜਾਂਦਾ, ਔਰ ਉਸ ਤੋਂ ਬਾਅਦ ਇੱਕ ਅਸੀਂ ਕਹਿ ਸਕਦੇ ਹਾਂ ਕਿ ਇਸ ਲੰਗਰ ਦਾ ਵੱਖਰਾ ਸਵਾਦ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਸੰਗਤ ਵਾਹਿਗੁਰੂ ਦਾ ਜਾਪ ਕਰਦੀ ਹੋਈ ਪੂਰੇ ਤਨ ਮਨ ਦੇ ਨਾਲ ਇਸ ਲੰਗਰ ਨੂੰ ਸੇਵਾ ਵੱਲੋਂ ਜਿਹੜੇ ਸੇਵਾਦਾਰ ਨੇ ਉਹਨਾਂ ਵੱਲੋਂ ਤਿਆਰ ਕੀਤਾ ਜਾਂਦਾ। ਇਸ ਵੇਲੇ ਇਸ ਕੜਾਏ ਦੇ ਵਿੱਚ ਦਾਲ ਤਿਆਰ ਹੋ ਰਹੀ ਹੈ ਔਰ ਦੂਸਰਾ ਕੜਾਇਆ ਜਿਸ ਤਰ੍ਹਾਂ ਮੈਂ ਦਿਖਾਇਆ ਕਿ ਚਾਵਲ ਜਿਹੜੇ ਨੇ ਉਹ ਧੋ ਕੇ ਤਿਆਰ ਕਰਨ ਦੇ ਲਈ ਜਿਹੜੀ ਉਸਦੀ ਤਿਆਰੀ ਹੋ ਰਹੀ। ਤਾਂ ਇੱਥੇ ਇੱਕ ਹੋਰ ਤਸਵੀਰ ਤੁਸੀਂ ਦੇਖੋ ਕਿ ਕੜਾਇਆਂ ਦੇ ਉੱਪਰ ਇਹ ਲੋਹੇ ਦੇ ਜਿਹੜੇ ਐਂਗਲ ਲਗਾਏ ਗਏ ਨੇ, ਇਸ ਨੂੰ ਲਗਾਉਣ ਦਾ ਕਾਰਨ ਇਹ ਹੈ ਕਿ ਕੁਝ ਦਿਨ ਪਹਿਲਾਂ ਇੱਕ ਮੰਦਭਾਗੀ ਜਿਹੜੀ ਘਟਨਾ ਵਾਪਰੀ ਸੀ ਕਿ ਇੱਕ ਸੇਵਾਦਾਰ ਜਿਹੜੇ ਨੇ ਉਹ ਲੰਗਰ ਤਿਆਰ ਕਰਦਿਆਂ ਹੋਇਆ ਇਸ ਕੜਾਏ ਦੇ ਵਿੱਚ ਡਿੱਗ ਜਾਂਦੇ ਨੇ, ਬਾਅਦ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ। ਤਾਂ ਹੁਣ ਸੇਵਾਦਾਰਾਂ ਦੀ ਜਿਹੜੀ ਸੁਰੱਖਿਆ ਜਾਂ ਉਹਨਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਹੋਇਆ ਇਹਨਾਂ ਜਿਹੜੇ ਲੋਹੇ ਦੇ ਐਂਗਲ ਤਿਆਰ ਕਰਕੇ ਇਸ ਦੇ ਉੱਪਰ ਲਗਾ ਦਿੱਤੇ ਗਏ ਨੇ ਤਾਂ ਕਿ ਕੋਈ ਇਸ ਦੇ ਅੰਦਰ ਡਿੱਗ ਨਾ ਸਕੇ। ਤਾਂ ਅਸੀਂ ਗੱਲ ਕਰ ਰਹੇ ਹਾਂ ਲੰਗਰ ਦੀ ਤਿਆਰੀ ਦੀ। ਤਾਂ ਇੱਥੇ ਤੁਸੀਂ ਦੇਖੋ ਕਿ ਚਾਵਲ ਤਿਆਰ ਹੋ ਰਹੇ ਨੇ ਔਰ ਦੂਸਰੇ ਪਾਸੇ ਪ੍ਰਸ਼ਾਦੇ ਨੇ ਜਿਹੜੇ ਨੇ ਉਹ ਵੀ ਤਿਆਰ ਕੀਤੇ ਜਾਂਦੇ ਨੇ। ਤਾਂ ਇੱਥੇ ਤੁਸੀਂ ਦੇਖੋ ਕਿ ਲੰਗਰ ਨੂੰ ਤਿਆਰ ਕਰਨ ਦੇ ਲਈ ਜਿੱਥੇ ਗੈਸ ਪਾਈਪਲਾਈਨ ਤੋਂ ਇਲਾਵਾ LPG ਸਿਲੰਡਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਕਈ ਕੁਇੰਟਲ ਜਿਹੜਾ ਬਾਲਣ ਹੈ ਉਹ ਵੀ ਹਰ ਰੋਜ਼ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਬਹੁਤ ਸਾਰੀਆਂ ਵੱਡੀਆਂ ਭੱਠੀਆਂ ਨੇ ਇੱਥੇ। ਤਾਂ ਇਹ ਜਿਹੜਾ ਬਾਲਣ ਜਾਂ ਗੋਹੇ ਦੀਆਂ ਜਿਹੜੀਆਂ ਪਾਥੀਆਂ ਨੇ ਉਹ ਵੀ ਇਸ ਲੰਗਰ ਨੂੰ ਪਕਾਉਣ ਦੇ ਲਈ ਵਰਤੀਆਂ ਜਾਂਦੀਆਂ ਨੇ। ਤਾਂ ਇੱਕ ਇੱਕ ਤਸਵੀਰ ਅੱਜ ਅਸੀਂ ਸਾਂਝੀ ਕਰਾਂਗੇ ਵੱਡੇ ਪੱਧਰ 'ਤੇ, ਕਿਉਂਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ। ਤਾਂ ਜਿੱਥੇ ਗੁਰੂ ਘਰ ਦੇ ਵਿੱਚ ਹਰ ਕੋਈ ਹਾਜ਼ਰੀ ਭਰਦਾ ਹੈ ਤਾਂ ਹਰ ਕਿਸੇ ਦੀ ਇੱਕ ਇੱਛਾ ਇਹ ਜ਼ਰੂਰ ਹੁੰਦੀ ਹੈ ਕਿ ਉਹ ਗੁਰੂ ਦੇ ਇਸ ਲੰਗਰ ਦੇ ਵਿੱਚ ਆ ਕੇ ਲੰਗਰ ਛਕੇ। ਔਰ ਤੁਸੀਂ ਦੇਖੋ ਕਿ ਕਿੰਨੇ ਜ਼ਿਆਦਾ ਜਿਹੜੇ ਬਰਤਨ ਨੇ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਔਰ ਸੈਂਕੜੇ ਜਿਹੜੇ ਸੇਵਾਦਾਰ ਨੇ SGPC ਦੇ ਮੁਲਾਜ਼ਮ ਤਾਂ ਇਹ ਰਲ ਕੇ ਇਸ ਲੰਗਰ ਨੂੰ ਤਿਆਰ ਕਰਕੇ ਸੰਗਤ ਤੱਕ ਵਰਤਾਉਣ ਦੀ ਜਿਹੜੀ ਪੂਰੀ ਸੇਵਾ ਹੈ ਉਹ ਨਿਭਾਉਂਦੇ ਨੇ। ਤਾਂ ਇਹ ਭੱਠੀਆਂ ਨੇ ਤੁਸੀਂ ਦੇਖੋ ਕਿ ਕਿੰਨੇ ਵੱਡੇ ਆਕਾਰ ਦੀਆਂ ਭੱਠੀਆਂ ਔਰ ਇਹਨਾਂ ਭੱਠੀਆਂ ਦੇ ਉੱਤੇ ਵੱਡੇ ਵੱਡੇ ਜਿਹੜੇ ਕੜਾਹੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਲੰਗਰ ਤਿਆਰ ਕੀਤਾ ਜਾਂਦਾ। ਤਾਂ ਜਿਹੜੇ ਲੰਗਰ ਦੇ ਮੈਨੇਜਰ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇੱਕ ਦਿਨ ਦੇ ਵਿੱਚ 20 ਤੋਂ 25 ਕੁਇੰਟਲ ਜਿਹੜੀ ਦਾਲ ਹੈ ਉਹ ਤਿਆਰ ਕੀਤੀ ਜਾਂਦੀ ਹੈ, ਇਸੇ ਤਰ੍ਹਾਂ ਕੁਇੰਟਲਾਂ ਦੇ ਹਿਸਾਬ ਦੇ ਨਾਲ ਸਬਜ਼ੀਆਂ ਜਿਹੜੀਆਂ ਨੇ ਉਹ ਵੀ ਬਣਾਈਆਂ ਜਾਂਦੀਆਂ ਨੇ ਜਿਹੜੀਆਂ ਕਿ ਸੰਗਤ ਤੱਕ ਪਹੁੰਚਾਈਆਂ ਜਾਂਦੀਆਂ ਨੇ। ਜਿਹੜੇ ਸੇਵਾਦਾਰ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਬਾਬਾ ਜੀ, ਇਹ ਜਿਹੜੀ ਕੜਾਈ ਹੈ ਇੱਕ ਵੱਡਾ ਕੜਾਇਆ, ਇਹਦੀ ਕਿੰਨੀ ਸਮਰੱਥਾ ਇੱਕ ਸਮੇਂ ਤੇ ਕਿੰਨੀ ਸਬਜ਼ੀ ਇਹਦੇ ਵਿੱਚ ਤਿਆਰ ਕੀਤੀ ਜਾ ਸਕਦੀ? ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਇਹਦੇ ਵਿੱਚ ਜੀ 5 ਕੁਇੰਟਲ ਕੱਚੀ ਆਪਾਂ ਦਾਲ ਪਾਉਂਦੇ ਹਾਂ,
ਪੈਂਦੀ 5 ਆ ਪਾਉਨੇ 4 ਕੁਇੰਟਲ ਆ 3 ਪਾਉਨੇ ਆ ਸਬਜ਼ੀ ਜਿਹੜੀ ਆ 15 ਪੰਨਾ 18 ਕੁਇੰਟਲ ਪੈ ਜਾਂਦੀ ਆ ਤੇ ਇਦਾਂ ਕਰਕੇ ਵਿਚਕਾਰ ਦੇ ਵਿੱਚ ਉਹ ਜੇ ਖੀਰ ਪਾਈਦੀ ਉਹਦੇ ਵਿੱਚ 1.5 ਕੁਇੰਟਲ ਪੈਂਦੀ ਤੇ ਖੀਰ ਪਾਈਏ ਤੇ 3 ਕੁਇੰਟਲ ਪੈਂਦੀ ਇੱਕ ਦਿਨ ਦੇ ਵਿੱਚ ਕਿੰਨੀ ਕੁ ਦਾਲ ਜਿਹੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਿਆਰ ਹੋ ਜਾਂਦੀ ਆ ਅੱਜ ਕੱਲ 15 14 15 ਕੁਇੰਟਲ ਬਣਦੀ ਆ ਸਬਜ਼ੀ ਵੱਖਰੀ ਖੀਰ ਵੱਖਰੀ ਚੌਲ ਵੱਖਰੇ ਇਸ ਤਰ੍ਹਾਂ ਮਿੱਠਾ ਸਭੀ ਘੰਟੇ ਚੱਲੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਕੜਾਇਆਂ ਦੇ ਵਿੱਚ ਵੱਖ-ਵੱਖ ਸਮੇਂ ਤੇ ਜਿਵੇਂ ਸਵੇਰ ਵੇਲੇ ਦਾਲ ਉਹ ਥੋੜਾ ਦੱਸੋ ਕਿ ਕਿਹੜੇ-ਕਿਹੜੇ ਸਮੇਂ ਤੇ ਕੀ-ਕੀ ਤਿਆਰ ਕੀਤਾ ਜਾਂਦਾ ਸਵੇਰੇ ਅੰਮ੍ਰਿਤ ਵੇਲੇ ਜਿਹੜਾ ਤਿਆਰ ਹੁੰਦਾ 5:30 ਵਜੇ 5:30 ਕੱਢਣ ਲੱਗਦੇ ਆ ਖੀਰ ਸਬਜ਼ੀ ਦਾਲ ਤਿੰਨ ਚੀਜ਼ਾਂ ਚਾਵਲ ਇਹ ਤਿੰਨ ਚੀਜ਼ਾਂ ਮੁੜ ਕੇ ਬਾਅਦ ਦੋਹਰੇ ਫੇਰ ਕੱਢ ਕੇ 6:30 ਵਜੇ ਫੇਰ ਦੋਹਰੇ ਪੈ ਜਾਂਦੀ ਦਾਲ ਵੀ ਖੀਰ ਵੀ ਸਬਜ਼ੀ ਵੀ 24 ਘੰਟੇ ਚੱਲੀ ਜਾਂਦਾ ਗੁਰੂ ਰਾਮਦਾਸ ਮੌਸਮ ਦੇ ਹਿਸਾਬ ਨਾਲ ਜਿਹੜੀਆਂ ਸਬਜ਼ੀਆਂ ਹੁੰਦੀਆਂ ਨੇ ਤੁਰਿਆ ਜਾਂਦਾ ਜੀ ਉਹ ਜਿੱਦਾਂ ਕੋਈ ਸਬਜ਼ੀ ਆਵੇ ਨਾ ਕਦੀ ਜੇ ਸਬਜ਼ੀ ਨਾ ਫੇਰ ਰਾਜਮਾ ਭੇਜ ਦੇ ਜਾਂ ਛੋਲੇ ਭੇਜ ਦੇਈਦੇ ਆ ਹੁਣ ਅੱਜ 3-4 ਦਿਨ ਮਟਰ ਪਨੀਰ ਚੱਲਦਾ ਰਿਹਾ ਉਸ ਹਿਸਾਬ ਨਾਲ ਜੇ ਚੀਜ਼ਾਂ ਦੇ ਸੀਜ਼ਨ ਕਈ ਹੁਣ ਆਣੀਆਂ ਗੋਭੀ ਆਣੀਆਂ ਹੁਣ ਮਟਰ ਪਨੀਰ ਦੇ ਹਿਸਾਬ ਨਾਲ ਗਾੜੀ ਮੌਸਮ ਦੇ ਹਿਸਾਬ ਨਾਲ ਗਾਜਰਾਂ ਗੁਜਰਾਂ ਚੱਲ ਪੈਂਦੀਆਂ ਕਿੰਨੇ ਕੁ ਬਾਬਾ ਜੀ ਸੇਵਾਦਾਰ ਜਿਹੜੇ ਰੋਜ਼ ਦਿਹਾੜੀ ਸੇਵਾ ਦੇ ਵਿੱਚ ਸ਼ਾਮਲ ਹੁੰਦੇ ਇਹ ਜੀ ਪ੍ਰੇਮੀ ਦੇ ਸੇਵਾ ਦਾ ਕੋਈ ਘੰਟਾ ਸੇਵਾ ਕਰਕੇ 2 ਦਿਨ ਕਰਕੇ ਕਿਸੇ ਨੇ ਸਾਲ ਦੀ ਸੇਵਾ ਸੇਵਕ ਚੁੱਕੀ ਹੁੰਦੀ ਕਿਸੇ ਨੇ ਮਹੀਨੇ ਚੁੱਕੀ ਕੋਈ ਗਿਣਤੀ ਨਹੀਂ ਗਿਣਤੀ ਨਹੀਂ ਕੋਈ ਸਾਡੇ ਮੁਲਾਜ਼ਮਾਂ ਦੀ ਗਿਣਤੀ ਜ਼ਰੂਰ ਹੈਗੀ 400-500 ਮੁਲਾਜ਼ਮ ਸਾਡਾ ਹੈਗਾ ਸ਼ਾਮ ਨੂੰ ਕਿੰਨੇ ਵਜੇ ਤੱਕ ਇਹ ਤਿਆਰ ਹੁੰਦਾ ਜਾਂ 24 ਘੰਟੇ ਚੱਲਦੀ ਰਹਿੰਦੀ ਇਹਦੀ 24 ਘੰਟੇ ਚੱਲਦਾ ਰਹਿੰਦਾ ਲੋੜ ਅਨੁਸਾਰ ਪਾਈ ਜਾਂਦੇ ਜਿੰਨੀ ਲੋੜ ਉਹਨੇ ਪਾਈ ਜਿੰਨੀ ਲੋੜ ਉਹਨੇ ਪਾਈ ਜਾਂਦੇ ਬਿਲਕੁਲ ਬੜੀ ਅਹਿਮ ਜਾਣਕਾਰੀ ਇਹਨਾਂ ਨੇ ਦਿੱਤੀ ਕਿ ਸੇਵਾਦਾਰ ਜਿਹੜੇ ਰੋਜ਼ ਸੇਵਾ ਨਿਭਾਉਣ ਵਾਲੇ ਤਾਂ ਇੱਥੇ ਪਹੁੰਚਦੇ ਹੀ ਨੇ ਪਰ ਉਸ ਤੋਂ ਇਲਾਵਾ ਬਹੁਤ ਸਾਰੀ ਵੱਡੀ ਤਦਾਦ ਦੇ ਵਿੱਚ ਜਿਹੜੇ ਪ੍ਰੇਮੀ ਨੇ ਜਿਹੜੇ ਆਪ ਮੁਹਾਰੇ ਇੱਥੇ ਸੇਵਾ ਕਰਨ ਦੇ ਲਈ ਪਹੁੰਚਦੇ ਨੇ ਤਾਂ ਇਹਨਾਂ ਸਾਰਿਆਂ ਦੀ ਮਿਹਨਤ ਦੇ ਨਾਲ ਇਹ ਲੰਗਰ ਪ੍ਰਸ਼ਾਦਾ ਜਿਹੜਾ ਉਹ ਤਿਆਰ ਕੀਤਾ ਜਾਂਦਾ ਔਰ ਇੱਥੇ ਤਿਆਰ ਕਰਨ ਤੋਂ ਬਾਅਦ ਵੱਡੇ ਵੱਡੇ ਬਰਤਨਾਂ ਦੇ ਵਿੱਚ ਇਹ ਸਾਰਾ ਜਿਹੜਾ ਚਾਹੇ ਦਾਲ ਹੈ ਸਬਜ਼ੀ ਹੈ ਖੀਰ ਹੈ ਜਾਂ ਹੋਰ ਕੋਈ ਵੀ ਵਸਤੂ ਜਿਹੜੀ ਤਿਆਰ ਕੀਤੀ ਜਾਂਦੀ ਹੈ ਤਾਂ ਇੱਥੋਂ ਉਸ ਨੂੰ ਲੰਗਰ ਹਾਲ ਤੱਕ ਲਿਜਾਇਆ ਜਾਂਦਾ ਜਿੱਥੇ ਕਿ ਸੰਗਤ ਬੈਠ ਕੇ ਉਸ ਜਿਹੜੇ ਲੰਗਰ ਦਾ ਆਨੰਦ ਮਾਣ ਸਕਦੀ ਹੈ ਤਾਂ ਹੁਣ ਅਸੀਂ ਇਸ ਤੋਂ ਬਾਅਦ ਲੰਗਰ ਹਾਲ ਦੇ ਵਿੱਚ ਵੀ ਤਸਵੀਰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਔਰ ਕਿਸ ਸੁਚੱਜੇ ਢੰਗ ਦੇ ਨਾਲ ਇਸ ਲੰਗਰ ਨੂੰ ਤਿਆਰ ਕਰਕੇ ਸੰਗਤ ਤੱਕ ਪਹੁੰਚਾਉਣ ਦੀ ਜਿਹੜੀ ਸੇਵਾ ਉਹ ਨਿਭਾਈ ਜਾਂਦੀ ਹੈ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀ ਸੰਗਤ ਦੇ ਲਈ ਲੰਗਰ ਜਿਹੜਾ ਉਹ ਇਸ ਥਾਂ ਤੇ ਤਿਆਰ ਹੁੰਦਾ ਹੈ ਔਰ ਜਿਹੜੀਆਂ ਖਾਸ ਤੌਰ ਤੇ ਦਾਲਾਂ ਜਾਂ ਸਬਜ਼ੀਆਂ ਨੇ ਉਹ ਇਹਨਾਂ ਕੜਾਹਾਂ ਦੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਔਰ ਇਸ ਲੰਗਰ ਨੂੰ ਤਿਆਰ ਹੋਣ ਤੋਂ ਲੈ ਕੇ ਵਰਤਾਏ ਜਾਣ ਤੱਕ ਜਿਹੜੇ ਮੈਨੇਜਰ ਨੇ ਲੰਗਰ ਹਾਲ ਦੇ ਗੁਰਤਿੰਦਰ ਸਿੰਘ ਉਹਨਾਂ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਸਾਫ਼ ਸਫਾਈ ਦਾ ਵੀ ਧਿਆਨ ਰੱਖਣਾ ਹੈ ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਕੋਈ ਚੀਜ਼ ਜਿਹੜੀ ਆ ਗਲਤ ਤਰੀਕੇ ਨਾਲ ਤਿਆਰ ਨਾ ਹੋਵੇ ਤਾਂ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਖੁਦ ਜੋ ਮੈਨੇਜਰ ਸਾਹਿਬ ਨੇ ਉਹ ਇੱਥੇ ਸੇਵਾਦਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਇਸ ਵੇਲੇ ਤੁਸੀਂ ਦੇਖੋ ਕਿ ਜਿਹੜੀ ਲੰਗਰ ਵਾਲੀ ਦਾਲ ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ ਜਿਸ ਦੇ ਵਿੱਚ ਕਈ ਦਾਲਾਂ ਦਾ ਮਿਸ਼ਰਣ ਹੁੰਦਾ ਹੈ ਤਾਂ ਉਹ ਦਾਲ ਲੰਗਰ ਵਾਲੀ ਦਾਲ ਕਰਕੇ ਜਾਣੀ ਜਾਂਦੀ ਹੈ ਜਿਹੜੀ ਕਿ ਇਸ ਵੇਲੇ ਇਸ ਕੜਾਏ ਦੇ ਵਿੱਚ ਤਿਆਰ ਹੋ ਰਹੀ ਹੈ ਤਾਂ ਮੈਨੇਜਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਮੈਨੇਜਰ ਸਾਹਿਬ ਇਹ ਜਿਹੜੇ ਕੜਾਏ ਨੇ ਇਹਦੀ ਕਿੰਨੀ ਕਪੈਸਿਟੀ ਹੁੰਦੀ ਹੈ ਇੱਕ ਸਮੇਂ ਤੇ ਕਿੰਨੀ ਦਾਲ ਤਿਆਰ ਹੋ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਲੰਗਰ ਹਾਲ ਵਿਖੇ ਵੱਡੇ ਕੜਾਏ ਨੇ ਇਹਦੇ 'ਚ ਮੈਂ ਸਮਝਦਾ ਕਿ 4 ਕੁਇੰਟਲ ਜਿਹੜੀ ਦਾਲ ਇੱਕ ਸਮੇਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਕਈ ਵਾਰੀ 3 ਕੁਇੰਟਲ ਵੀ ਦਾਲ ਤਿਆਰ ਕਰਨੀ ਪੈਂਦੀ ਹੈ 4 ਵੀ ਕਰਨੀ ਪੈ ਜੇ 2 ਵੀ ਕਰਨੀ ਪੈ ਜੇ ਇਹ ਦਾਲ ਜਿਹੜੀ ਤਿਆਰ ਇਹਨਾਂ ਵੱਡਿਆਂ ਕੜਾਹਾਂ ਦੇ ਵਿੱਚ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ 3 ਕੜਾਏ ਨੇ ਤਾਂ ਤਿੰਨਾਂ ਦੇ ਵਿੱਚ ਦਾਲ ਹੀ ਬਣਦੀ ਜਾਂ ਵੱਖਰਾ ਵੱਖਰੀ ਇੱਕ ਦੇ ਵਿੱਚ ਖੀਰ ਵੀ ਬਣਦੀ ਹੈ ਦਾਲ ਵੀ ਬਣਦੀ ਹੈ ਸਬਜ਼ੀ ਵੀ ਬਣਦੀ ਹੈ ਚਿੱਟੇ ਛੋਲੇ ਵੀ ਬਣ ਜਾਂਦੇ ਆ ਕੜੀ ਵੀ ਜਿਹੜੀ ਬਣਦੀ ਹੈ ਇਹਨਾਂ ਕੜਾਹਾਂ 'ਚ ਵੱਖ ਵੱਖ ਸਮੇਂ ਦੌਰਾਨ ਵੱਖ ਵੱਖ ਤਰ੍ਹਾਂ ਦੇ ਜਿਹੜੇ ਪਦਾਰਥ ਤਿਆਰ ਕੀਤੇ ਜਾਂਦੇ ਹਨ ਯਾਨੀ ਕਿ ਜਿਸ ਤਰ੍ਹਾਂ ਮੌਸਮ ਦੇ ਹਿਸਾਬ ਦੇ ਨਾਲ ਜਿਹੜੀ ਸਬਜ਼ੀ ਉਸ ਮੌਸਮ ਦੇ ਜੇ ਸੰਗਤ ਦੀ ਕਿਸੇ ਵੇਲੇ ਆਮਦ ਵੱਧ ਹੋ ਜੇ ਉਦੋਂ ਸਾਨੂੰ ਐਮਰਜੈਂਸੀ ਦਾਲ ਬਣਾਉਣੀ ਪਵੇ ਦਾਲ ਵੀ ਬਣ ਜਾਂਦੀ ਹੈ ਜਦੋਂ ਆਪਾਂ ਮਿੱਠਾ ਰੋਜ਼ਾਨਾ ਬਣਨਾ ਇਹਨਾਂ ਕੜਾਹਾਂ ਦੇ ਵਿੱਚ ਹਲਵਾਈ ਸਾਡੇ ਜਿਹੜੇ ਮਿੱਠਾ ਵੀ ਤਿਆਰ ਕਰਦੇ ਆ ਖੀਰ ਵੀ ਤਿਆਰ ਕਰਦੇ ਆ ਕੜਾਹ ਪ੍ਰਸ਼ਾਦ ਵੀ ਤਿਆਰ ਵੀ ਕਰਦੇ ਆ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਕੜਾਹਾਂ ਦੇ ਵਿੱਚ ਇਹ ਜਿਹੜੇ ਚੌਲ ਨੇ ਇਹ ਵੀ ਤਿਆਰ ਕਰਕੇ ਹੁਣ ਸੰਗਤ ਵਾਸਤੇ ਜਿਹੜੇ ਲੰਗਰ ਦੇ ਹਾਲ 'ਚ ਬਣਾ ਕੇ ਖੜਨੇ ਆ ਤੇ ਮੈਂ ਸਾਹਿਬ ਇਹ ਜਿਹੜੀਆਂ ਭੱਠੀਆਂ ਨੇ ਇਹ ਬਾਲਣ ਦੇ ਨਾਲ ਹੀ ਚੱਲਦੀਆਂ ਜਾਂ ਗੈਸ ਦਾ ਵੀ ਇਸਤੇਮਾਲ ਕੀਤਾ ਜਾਂਦਾ ਇਹ ਜਿਹੜੀ ਭੱਠੀਆਂ ਨੇ ਇਹ ਬਾਲਣ ਨਾਲ ਵੀ ਤਿਆਰ ਹੁੰਦੀਆਂ ਇਹਦੇ ਵਿੱਚ ਜਿਹੜੀ ਪਾਈਪਲਾਈਨ ਦੀ ਗੈਸ ਆਉਂਦੀ ਹੈ ਉਹ ਗੈਸ ਲਾਈਨ ਵੀ ਪਾਈਪ ਜਿਹੜੀ ਗੈਸ ਵਾਲੀ ਉਹ ਵੀ ਇਸਤੇਮਾਲ ਕੀਤੀ ਜਾਂਦੀ ਹੈ ਹਰ ਪ੍ਰਕਾਰ ਦੇ ਜਿਹੜੇ ਇੱਥੇ ਜੇ ਸਿਲੰਡਰਾਂ ਦੀ ਲੋੜ ਹੈ ਉਹ ਸਿਲੰਡਰ ਵੀ ਸਾਡੇ ਕੋਲ ਮੌਜੂਦ ਨੇ ਜਿਹੜੀਆਂ ਮੌਕੇ ਤੇ ਜਿਹੜੀਆਂ ਭੱਠੀਆਂ ਦੇ ਨਾਲ ਸਿਲੰਡਰ ਵੀ ਲਗਾ ਕੇ ਅਸੀਂ ਆਪਣਾ ਪ੍ਰਬੰਧ ਚਲਾ ਸਕਦੇ ਹਾਂ ਯਾਨੀ ਕਿ ਇਸ ਥਾਂ ਦੇ ਉੱਤੇ ਸਿਰਫ ਦਾਲਾਂ ਜਾਂ ਸਬਜ਼ੀਆਂ ਤਿਆਰ ਹੁੰਦੀਆਂ ਔਰ ਦੂਸਰੇ ਪਾਸੇ ਪ੍ਰਸ਼ਾਦੇ ਬਿਲਕੁਲ ਜੀ ਇਹ ਉਹ ਲੰਗਰ ਹਾਲ ਹੈ ਜਿੱਥੇ ਵੱਡੇ ਕੜਾਏ ਨੇ ਇਹਨਾਂ ਦੇ ਵਿੱਚ ਦਾਲਾਂ
सब्जियां ते खीर ही तैयार की जाती है। बिल्कुल, तो जिस तरह मैनेजर साहब ने जानकारी दी कि चावल जड़े ने वो हुण तैयार किए जाने, तो दूसरे पासे इस कड़ाए दे विच खीर की तैयारी हो रही है। तुसी देखो कि बहुत वड्डा कड़ाया और चार क्विंटल के आस पास इस कड़ाए दे विच चाहे दाल होवे या कोई सब्जी है या कोई मिठाई जिहड़ी तैयार करनी, तो चार क्विंटल दे लगभग इस कड़ाए दे विच एक समय ते तैयार की जा सकती। तुसी देखो कि हुण चीनी जिहड़ी है ओ इस कड़ाए दे विच पाई जा रही है, और जिस तरह मैं पहला दिखाया कि चावल जिहड़े ने ओ धो ले गए ने, तो हुण संगत दे लई खीर जिहड़ी है ओ तैयार की जा रही है। तो हर वेले इस लंगर हाल की जिहड़ी ये रसोई है, इत्थे कोई ना कोई सब्जी या खीर या कोई होर चीज़ जिहड़ी है ओ बनती हुई तुहानू दिखाई देवेगी। तो जिस तरह जिहड़े मैनेजर साहब ने उन्होंने दस्या कि संगत की आमद के उत्ते डिपेंड करता है कि इस कड़ाए दे विच जेकर एक समय ते तीन तो चार क्विंटल जिहड़ी दाल या सब्जी तैयार हुंदी है, तो जेकर संगत वधदी है तो उसनू मुड़ तो, क्योंकि इस कड़ाए दे विच सब्जी तैयार करन तो बाद इसनू खाली कर लिया जाता है, और जेकर संगत की गिणती बहुत ज़्यादा है तो तुरंत सब्जी जिहड़ी आ फिर तो इस कड़ाए दे विच बनाउणी शुरू कर दिती जांदी है। तो रोज़ जेकर एक अंदाजन असी देखिए तो 20 तो 25 क्विंटल सब्जी या होर जिहड़े पदार्थ ने वो तैयार किए जाते हैं। तो इस तों बाद हुण असी देखांगे कि इसनू तैयार करन तों बाद किस तरीके दे नाल लंगर हाल तक पहुँचाया जाता, जिथे कि 4 तों 5 हज़ार जिहड़े श्रद्धालु ने एक समय बैठ के लंगर का आनंद माण सकते हैं। इस थान ते सब्जियां तैयार करन तो बाद उन्हां नू श्री गुरु रामदास लंगर हाल तक ले जाया जांदा। तां मैं दिखाउण दी कोशिश करदा कि इत्थे दाल सब्जी या खीर जो भी तैयार हुंदा है उस नू इस रस्ते राही लंगर हाल तक ले जाया जांदा, और इत्थों तुसी देख सकदे हो कि जिन्नी भी संगत है इत्थे लंगर छकण दे लई जो पहुँचदी है उन्हां नू लंगर छकाउण दे लई तैयारी जिहड़ी करके इत्थों अगे ले जाया जाता, और जिथे प्रशादे तैयार होंगे ने वह भी मैं दिखावगा कि जिस तरह मैनेजर साहब ने दसिया कि जेडे LPG सिलेंडर ने उन्होंने लिए खास तौर पर इस जगह पर तुम देखो कि वही गिणती दे गैस सिलेंडर जोड़े ने वो रखे हुए ने, और हर रोज़ 100 जोड़े LPG सिलेंडर ने उन्हों इस्तेमाल लंगर के लिए किया जाता। तो इतों हूँ असी अगे चलते हैं, तो सामने बिल्कुल स्टोर है जिथे कणक या होर समगरी जी कि लंगर के लिए इस्तेमाल की जाती है, तो उसनू इतने स्टोर किया जाता है। बकायदा तौर पर जेकर कोई सब्जी तैयार करनी है कोई होर लंगर के वस्तु तैयार करनी है तो उसनू इस थां तों लंगर हाल तक ले जाया जाता। देसी घ्यो दे टीन तुसी देख सकते हो, और हर रोज़ क्विंटलों के हिसाब के नाल घ्यो या होर जिहड़ियां दाल सब्जियां ने वो तैयार हुंदियां ने। तो इस जगह के उत्ते तुसी देखो कि चाहे कणक चावल किसी भी तरह की जिहड़ी समगरी लंगर के लिए इस्तेमाल होनी है उसनू इस थां ते स्टोर करके इस तों बाद ही जिहड़ी रसोई है लंगर हाल की उत्थे भेजा जाता, और उत्थे तैयार होने तो बाद उसनू गुरु रामदास लंगर हाल दे विच जाके संगत दे लई वरताया जाता। तो ये वड्डे वड्डे तुसी देखो कि ड्रम नज़र आ रहे ने, उन्हां दे विच बाहर बकायदा तौर पर लिखा गया कि केड़े ड्रम दे विच केड़ी दाल या केड़ी वस्तु है, तां कि जेड़े सेवादार पहुँचते हैं उन्हां नूं किसी तरह की कोई दिक्कत ना आए। तो वड्डी तादाद दे विच तुसी देखो कि हर एक चीज़ चाहे वह नमक मसाले है या होर जिहड़ी चीज़ इस्तेमाल हुंदी है लंगर पकाउण दे लई, तां उह सारियां चीज़ां इत्थे उपलब्ध ने, और 24 घंटे ये स्टोर जिहड़ा वह भी खुल्लिया रहिंदा है, तां कि 24 घंटियां दे विच किसे भी समय किसे भी तरह की जिहड़ी सब्जी है या कोई पदार्थ है संगत दे लई तैयार करना पै सकदा। तां इस करके 24 घंटे चलण वाला जिहड़ा गुरु का लंगर है उसनू तैयार करन दे लई भी सेवादार 24 घंटे जिहड़े ने सेवा निभाउंदे होए नजर आउंदे ने। तां इत्थों हुण असीं चलांगे गुरु रामदास लंगर हाल दे अंदर जिथे वड्डी गिणती दे विच संगत जिहड़ी है वह पंगत दे विच बैठ के लंगर छकदी है। तां सब्जियां दे लई तुसीं देखो कि जिहड़ियां सब्जियां लंगर दे लई लियाईआं जांदियां ने उहनां नूं इस जगह ते स्टोर किया जाता है। तां इस पास्यों लंगर जो है वह श्री गुरु रामदास लंगर हाल दे विच पहुँचदा है जिथों के उस लंगर नूं अगे संगत दे लई वरताया जाता। तुसीं बर्तन देख सकते हो कि किन्ने वड्डे वड्डे ये पतीले ने, तो इन्हां सारे
बर्तना दे विच ही ये लंगर जिहड़ा वह तैयार करन तो बाद जो है वह इत्थे शिफ्ट कर दिता जांदा है। तां इन्हां बर्तना तो तुसीं अंदाजा ला सकदे हो कि हर रोज़ वड्डी गिणती दे विच इत्थे पहुँचण वाली जिहड़ी संगत है उसनूं किस ढंग दे नाल लंगर जिहड़ा छकाउण दे लई पूरी एक प्रक्रिया है कि किस तरीके दे नाल लंगर पहलां तैयार होना है। तुसीं देखो कि चावल जिहड़े ने वह वरताए जा रहे हैं, चावलों के नाल नाल हर वेले लंगर दे विच प्रशादा जिहड़ा वह संगत नूं मिलदा है। तां जिस तरह असीं जिथे दिखाया कि एक वड्डा कड़ाया जिथे दाल तैयार की जा रही सी, खीर जिहड़ी है वह भी तैयार हो रही है, तो यह वड्डे वड्डे बर्तन ने जिन्हां दे विच वह पूरा जिहड़ा समान तैयार करके तुसीं देखो कि जिहड़ी दाल तैयार की गई सी कुछ समा पहलां वड्डे कड़ाहे दे विच उसनूं बाद दे विच इन्हां वड्डे पतीलियां दे विच शिफ्ट कर दिता जांदा है और इत्थे आ के संगत दे जो है जिहड़ी संगत पंगत दे विच बैठी हुंदी है उत्थे वरताया जांदा है। हुण असीं श्री गुरु रामदास लंगर हाल दे विच पहुंच चुके हैं जिथे कि संगत नूं लंगर वरताया जांदा। तां जिन्ना भी लंगर तैयार किया जाता रसोई दे विच उह सब तो पहला इस थां ते पहुंचदा। तुसीं देखो कि चाहे प्रशादे होण, चावल होण या जिन्नियां भी चीज़ां जिहड़ियां संगत नूं वरताउण दे लई तैयार कीतियां जांदियां ने, तुसीं देखो कि मटर पनीर भी है और प्रशादे दे नाल नाल मिक्स वैज जो है तुसीं देखो कि किन्नी ज़्यादा क्वांटिटी दे विच मिक्स वैज जिहड़ी आ उह तैयार कीती गई है। तां हुण इह सारा जिहड़ा जिन्ना भी प्रसाद तैयार किया गया जिहड़ा लंगर दे विच छकाउणा है तां उहनूं हुण इत्थों बाल्टियां दे विच पाया जाएगा। बाल्टियां दे विच पाउण तों बाद अगे इह सारा जिहड़ा लंगर प्रसादा है वह संगत तक पहुँचना है। इस पतीले दे विच तुसीं देखो कि जिहड़ी खीर तैयार की गई सी वह वरताई जा रही है और जिद्दां ही खीर तुसीं देखो कि पतीले दे विच घट नज़र आ रही है तां दूजे पासे उस तों भी किते वध खीर जिहड़ी आ उह तैयार करन दे विच सेवादार लग चुके ने। तां जिद्दां ही पता लगदा है कि दाल सब्जी खत्म होने वाली है तां उस तों पहलां उसकी तैयारी कर दिती जांदी है। तां इह लंगर हाल दे विच असीं पहुंचे हां जिथे हुण संगत जिहड़ी है उह लंगर छकण दे लई बैठ चुकी है। तां इक समें ते 5000 श्रद्धालु जिहड़े ने उह श्री गुरु रामदास लंगर हाल दे विच लंगर छक सकदे ने। तां जिथे इह संगत नज़र आ रही है इक हाल इस दे उपर भी है, तां इह सारी संगत जिहड़ी है इसे ढंग दे नाल 24 घंटे इस गुरु रामदास जी दे लंगर हाल दे विच आ के लंगर दा आनंद माण सकदी है। तां जिथे इस लंगर नूं छकण दा इक वक्खरा आनंद आउंदा है तां उत्थे ही इस लंगर प्रसादे नूं तैयार करके संगत जिहड़ी है खुद नूं जो है खुशकिस्मत महसूस करदी है। तां इही कारण है कि 24 घंटे 400 तों 500 जिहड़े सेवादार ने वह इस सेवा नूं दिवाउण दे विच लगे हुए नजर आउंदे ने। इत्थे लंगर हाल दे अंदर दाल सब्जियां प्रसादे चावल या खीर जिहड़ी हर वेले वरताई जांदी है तां 24 घंटे लंगर हाल दे ठीक बाहर एक पासे चाह दा लंगर जिहड़ा वह चलदा है और दूसरे पासे वह सेवा जिहड़ी के लंगर नूं पकाउण और तैयार करन दे विच बहुत अहम है। तां इह उह थां है जिथों संगत लंगर छकण दे लई लंगर हाल दे अंदर जांदी है तां उत्थे हर वेले चाह दा जिहड़ा लंगर है वह तुहानूं नज़र आएगा। पर लंगर तैयार करन दे विच जिहड़ी अहम भूमिका है बहुत सारे सेवादारां दी कि किस तरीके दे नाल जिहड़ियां सब्जियां तैयार कीतियां जांदियां ने उहनां नूं तैयार करन दे लई जिहड़ी समग्री इस्तेमाल हुंदी है चाहे सब्जियां दी कटाई होवे जां होर जिहड़े मसाले तैयार कीते जांदे ने तां उस दे लई बहुत सारियां बीबियां दी इक अहम भूमिका है। चाहे कोई गुरपुरब है या संगत की जेकर गिणती भी वधदी है तां इन्हां वल्लों निरंतर इस तरीके दे नाल अपना जिहड़ा योगदान है वह लंगर तैयार करन दे विच पाया जांदा है। तुसीं देखो कि इस वेले जिहड़ियां हरियां मिर्चां या होर लसन प्याज जिहड़ियां भी चीज़ां लंगर नूं तैयार करन दे लई इस्तेमाल कीतियां जांदियां ने उहनां दी बिल्कुल साफ सफाई का ध्यान रखदे होया इत्थे कटाई की जाती है और इत्थों ये सारियां सब्जियां जिहड़ियां ने कट्टण तों बाद अगे लंगर हाल की रसोई तक भेजियां जांदियां ने। तां हर रोज़ ये बीबियां इस तरीके दे नाल सेवा करदियां होईयां इत्थे दिखाई दिंदियां ने। एक पासे हरियां मिर्चां की कटाई हो रही है, दूसरे पासे तुसीं देखो कि लसन की जिहड़ी है वह सिलाई की जाती। तो इस थां ते वड्डी मात्रा दे विच तुसीं देखो कि जो अदरक है वह कट्टिया जा रहा। तो ये अदरक लसन या जिन्नियां भी चीज़ां ने ये दालां सब्जियां दे विच इस्तेमाल होनियां ने क्योंकि
संगत दे लई जदों 24 घंटे लंगर चलता है उस दे विच जिहड़ियां जिहड़ियां सब्जियां तैयार हुंदियां ने तां इन्हां सारे सेवादारां दा एक अहम योगदान है। तां वड्डी गिणती 'च तुसीं देखो कि जिहड़े प्याज ने ਉਹ ਇੱਥੇ ਬੋਰੀਆਂ ਨਜ਼ਰ ਆ ਰਹੀਆਂ ਨੇ ਪਿਆਜ਼ਾਂ ਦੀਆਂ ਤਾਂ ਇਹ ਸਾਰੀ ਸਮੱਗਰੀ ਜਿਹੜੀ ਹੈ ਲੰਗਰ ਦੇ ਲਈ ਤਿਆਰ ਹੋਣ ਵਾਲੀ ਦਾਲ ਔਰ ਸਬਜ਼ੀਆਂ ਉਸ ਦੇ ਵਿੱਚ ਵਰਤੀ ਜਾਂਦੀ ਹੈ ਤਾਂ ਇਹ 24 ਘੰਟੇ ਇੱਥੇ ਜਿਹੜੀਆਂ ਸੇਵਾਦਾਰ ਤੋਂ ਇਲਾਵਾ ਜਿੰਨੀਆਂ ਵੀ ਬੀਬੀਆਂ ਆਸ-ਪਾਸ ਦੇ ਪਿੰਡਾਂ ਤੋਂ ਸ਼ਹਿਰਾਂ ਤੋਂ ਪਹੁੰਚਦੀਆਂ ਨੇ ਤਾਂ ਉਹਨਾਂ ਵੱਲੋਂ ਹਰ ਰੋਜ਼ ਗੁਰੂ ਦੇ ਲੰਗਰ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਹੈ ਉਹ ਇਸ ਤਰੀਕੇ ਦੇ ਨਾਲ ਪਾਇਆ ਜਾਂਦਾ ਹੈ। ਤਾਂ ਜਿੱਥੇ ਗੁਰੂ ਕੇ ਲੰਗਰ ਦੇ ਵਿੱਚ 24 ਘੰਟੇ ਸੰਗਤ ਲੰਗਰ ਛਕ ਸਕਦੀ ਹੈ ਤਾਂ ਉਸ ਤੋਂ ਬਾਅਦ ਇੱਕ ਅਹਿਮ ਚੀਜ਼ ਇਹ ਹੈ ਕਿ ਲੰਗਰ ਛਕਣ ਤੋਂ ਬਾਅਦ ਜਿਹੜੇ ਜੂਠੇ ਬਰਤਨ ਹੁੰਦੇ ਨੇ ਉਹਨਾਂ ਨੂੰ ਧੋਣ ਦੀ ਸੇਵਾ ਵੀ ਇੱਕ ਅਹਿਮ ਸੇਵਾ ਮੰਨੀ ਜਾਂਦੀ ਹੈ। ਤਾਂ ਇਸ ਥਾਂ 'ਤੇ ਜਿੱਥੇ ਮੈਂ ਇਸ ਵੇਲੇ ਖੜ੍ਹਾਂ ਤਾਂ ਜਿੰਨੇ ਵੀ ਸ਼ਰਧਾਲੂ ਲੰਗਰ ਛਕਣ ਤੋਂ ਬਾਅਦ ਜੂਠੇ ਬਰਤਨ ਜਿਹੜੇ ਨੇ ਉਹ ਲੈ ਕੇ ਇਸ ਪਾਸੇ ਪਹੁੰਚ ਰਹੇ ਨੇ ਜਿੱਥੇ ਕਿ ਇਹਨਾਂ ਬਰਤਨਾਂ ਨੂੰ ਸਾਫ਼ ਕੀਤਾ ਜਾਣਾ ਹੈ। ਔਰ ਇਸ ਜਗ੍ਹਾ ਤੇ ਤੁਸੀਂ ਦੇਖੋ ਕਿ ਸਾਰੇ ਜੂਠੇ ਬਰਤਨ ਜਿਹੜੇ ਨੇ ਉਹ ਸੰਗਤ ਦੇ ਕੋਲੋਂ ਲੈ ਲਏ ਜਾਂਦੇ ਨੇ ਔਰ ਇਹਨਾਂ ਬਰਤਨਾਂ ਨੂੰ ਅੱਗੇ ਵੱਡੇ ਵੱਡੇ ਟੱਪਾਂ ਦੇ ਵਿੱਚ ਪਾ ਕੇ ਅੱਗੇ ਭੇਜ ਦਿੱਤਾ ਜਾਂਦਾ। ਤਾਂ ਇਹ ਵੀ ਇੱਕ ਬੜੀ ਮਹਾਨ ਸੇਵਾ ਹੈ ਗੁਰੂ ਦਾ ਜਿੱਥੇ ਲੰਗਰ ਪਕਾਉਣ ਦੀ ਲੰਗਰ ਛਕਾਉਣ ਦੀ ਇੱਕ ਬਹੁਤ ਵੱਡੀ ਸੇਵਾ ਤਾਂ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਵੀ ਵੱਡੀ ਗਿਣਤੀ 'ਚ ਜਿਹੜੀ ਇੱਥੇ ਸੰਗਤ ਪਹੁੰਚਦੀ ਹੈ ਉਸ ਵੱਲੋਂ ਹੀ ਨਿਭਾਈ ਜਾਂਦੀ ਹੈ। ਤੁਸੀਂ ਦੇਖੋ ਕਿ ਇਸ ਇੱਕ ਵੱਡਾ ਹਾਲ ਹੈ ਜਿੱਥੇ ਕਿ ਜੂਠੇ ਬਰਤਨ ਜਿਹੜੇ ਨੇ ਉਹ ਸਾਫ਼ ਕੀਤੇ ਜਾਂਦੇ ਨੇ ਔਰ ਬਰਤਨਾਂ ਦੀ ਸਾਫ਼ ਸਫਾਈ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਂਦਾ ਹੈ। ਕਈ ਅਸੀਂ ਕਹਿ ਸਕਦੇ ਕਿ ਜਿਹੜੇ ਇੱਥੇ ਸਟੈਂਡ ਲੱਗੇ ਹੋਏ ਨੇ ਵੱਖ ਵੱਖ ਜਿਹੜੇ ਸਟੈਂਡ ਨੇ ਉਹਨਾਂ ਦੀ ਵੱਖਰੀ ਵੱਖਰੀ ਭੂਮਿਕਾ ਹੈ ਕਿ ਇੱਕ ਜਗ੍ਹਾ ਤੋਂ ਸਰਫ਼ ਦੇ ਨਾਲ ਇਹ ਬਰਤਨ ਸਾਫ਼ ਹੁੰਦੇ ਨੇ ਉਸ ਤੋਂ ਬਾਅਦ ਅੱਗੇ ਜਾਣਗੇ ਔਰ ਉੱਥੇ ਸਾਫ਼ ਪਾਣੀ ਦੇ ਨਾਲ ਉਹ ਬਰਤਨ ਸਾਫ਼ ਹੋਣ ਤੋਂ ਬਾਅਦ ਫਿਰ ਤੋਂ ਲੰਗਰ ਦੇ ਲਈ ਇਸਤੇਮਾਲ ਕਰਨ ਦੇ ਲਈ ਭੇਜ ਦਿੱਤੇ ਜਾਂਦੇ ਨੇ। ਤਾਂ ਇਹ ਜਿੰਨੇ ਵੀ ਸ਼ਰਧਾਲੂ ਇੱਥੇ ਜੂਠੇ ਬਰਤਨ ਸਾਫ਼ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਦੇਸ਼ ਦੁਨੀਆ ਦੇ ਵੱਖ ਵੱਖ ਹਿੱਸਿਆਂ ਤੋਂ ਇੱਥੇ ਪਹੁੰਚਦੇ ਨੇ ਔਰ ਸੰਗਤ ਆਪ ਮੁਹਾਰੇ ਇਹ ਸੇਵਾ ਜਿਹੜੀ ਆ ਉਹ ਕਰਨ ਦੇ ਲਈ ਪਹੁੰਚਦੀ ਹੈ। ਤਾਂ ਤੁਸੀਂ ਦੇਖੋ ਕਿ ਜੂਠੇ ਬਰਤਨ ਸਾਫ਼ ਕਰਨ ਤੋਂ ਬਾਅਦ ਇਸ ਤਰੀਕੇ ਦੇ ਨਾਲ ਇਹ ਜਿਹੜੇ ਵੱਡੇ ਸਟੈਂਡ ਬਣੇ ਹੋਏ ਨੇ ਉੱਥੇ ਰੱਖ ਦਿੱਤੇ ਜਾਂਦੇ ਆ ਔਰ ਸਾਫ਼ ਹੋਣ ਤੋਂ ਬਾਅਦ ਇਹੀ ਬਰਤਨ ਜਿਹੜੇ ਨੇ ਉਹ ਫਿਰ ਤੋਂ ਲੰਗਰ ਹਾਲ ਵੱਲ ਭੇਜ ਦਿੱਤੇ ਜਾਂਦੇ ਆ ਜਿੱਥੇ ਕਿ ਸੰਗਤ ਇਹਨਾਂ ਬਰਤਨਾਂ ਦੇ ਵਿੱਚ ਫਿਰ ਤੋਂ ਲੰਗਰ ਛਕ ਸਕੇ। ਤਾਂ ਤੁਸੀਂ ਦੇਖੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚਾਹੇ ਉਹ ਪਲੇਟਾਂ ਨੇ ਗਲਾਸ ਹੈ ਚਮਚ ਨੇ ਤਾਂ ਇਹਨਾਂ ਸਾਰੇ ਬਰਤਨਾਂ ਨੂੰ ਬੜੇ ਸਹੀ ਢੰਗ ਦੇ ਨਾਲ ਸਾਫ਼ ਕਰਕੇ ਅੱਗੇ ਤੁਸੀਂ ਦੇਖੋ ਕਿ ਇਸ ਤਰੀਕੇ ਦੀਆਂ ਕਈ ਟਰਾਲੀਆਂ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਜ਼ਰੀਏ ਅੱਗੇ ਲੰਗਰ ਹਾਲ ਵਾਲੇ ਪਾਸੇ ਇਹ ਸਾਰੇ ਬਰਤਨ ਜਿਹੜੇ ਨੇ ਉਹ ਭੇਜੇ ਜਾਂਦੇ ਨੇ ਤਾਂ ਕਿ ਸੰਗਤ ਨੂੰ ਲੰਗਰ ਛਕਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ 5000 ਦੇ ਕਰੀਬ ਇੱਕ ਸਮੇਂ 'ਤੇ ਸੰਗਤ ਲੰਗਰ ਛਕ ਸਕਦੀ ਹੈ ਤਾਂ ਜਿੱਦਾਂ ਹੀ ਸੰਗਤ ਜਿਹੜੀ ਲੰਗਰ ਛਕਣ ਤੋਂ ਬਾਅਦ ਬਾਹਰ ਆਉਂਦੀ ਹੈ ਤਾਂ ਮੁੜ ਤੋਂ 5000 ਸ਼ਰਧਾਲੂਆਂ ਦੇ ਲਈ ਅੰਦਰ ਬੈਠਣ ਦਾ ਪ੍ਰਬੰਧ ਉਸੇ ਸਮੇਂ ਕਰ ਦਿੱਤਾ ਜਾਂਦਾ ਹੈ। ਉਨੇ ਹੀ ਬਰਤਨ ਜਿਹੜੇ ਨੇ ਉਹ ਮੁਹੱਈਆ ਕਰਵਾ ਦਿੱਤੇ ਜਾਂਦੇ ਨੇ ਤਾਂ ਕਿ ਗੁਰੂ ਦਾ ਜਿਹੜਾ ਲੰਗਰ ਹੈ ਉਹ ਨਿਰੰਤਰ ਚੱਲਦਾ ਰਹੇ ਔਰ ਗੁਰੂ ਦੇ ਦਰ 'ਤੇ ਆਈ ਸੰਗਤ ਨੂੰ ਲੰਗਰ ਛਕਣ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ। ਇਸ ਕਰਕੇ ਇੱਕ ਬਹੁਤ ਵਧੀਆ ਸਿਸਟਮ ਬਣਾਇਆ ਗਿਆ ਕਿ ਜੂਠੇ ਬਰਤਨਾਂ ਨੂੰ ਕਿਸ ਤਰੀਕੇ ਦੇ ਨਾਲ ਸਾਫ਼ ਕਰਨਾ ਹੈ ਉਸ ਤੋਂ ਬਾਅਦ ਉਹਨਾਂ ਬਰਤਨਾਂ ਨੂੰ ਫਿਰ ਸੰਗਤ ਦੇ ਲਈ ਮੁਹੱਈਆ ਕਰਵਾਉਣਾ ਹੈ। ਤਾਂ ਅਸੀਂ ਇਸ ਰਿਪੋਰਟ ਦੇ ਵਿੱਚ ਇੱਕ ਇੱਕ ਚੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜਦੋਂ ਵੀ ਗੁਰੂ ਦੇ ਲੰਗਰ ਦਾ ਜ਼ਿਕਰ ਆਉਂਦਾ ਹੈ ਦਰਬਾਰ ਸਾਹਿਬ ਵਿਖੇ 24 ਘੰਟੇ ਚੱਲਣ ਵਾਲੇ ਲੰਗਰ ਦਾ ਜ਼ਿਕਰ ਹੁੰਦਾ ਤਾਂ ਹਰ ਕਿਸੇ ਦੇ ਮਨ ਦੇ ਵਿੱਚ ਸਵਾਲ ਜ਼ਰੂਰ ਹੁੰਦੇ ਨੇ ਕਿ ਆਖਿਰਕਾਰ ਇੰਨੀ ਵੱਡੀ ਤਾਦਾਦ ਦੇ ਵਿੱਚ ਆਉਣ ਵਾਲੀ ਸੰਗਤ ਦੇ ਲਈ ਲੰਗਰ ਕਿਸ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਔਰ ਕਿਸ ਢੰਗ ਦੇ ਨਾਲ ਉਸ ਲੰਗਰ ਨੂੰ ਵੱਡੀ ਗਿਣਤੀ 'ਚ ਆਉਣ ਵਾਲੀ ਸੰਗਤ ਦੇ ਵਿੱਚ ਵਰਤਾਇਆ ਜਾਂਦਾ ਹੈ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤ ਸਾਹਿਬ ਵਿਖੇ ਰੋਜ਼ਾਨਾ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਨਤਮਸਤਕ ਹੋਣ ਵਾਸਤੇ ਆਉਂਦੀਆਂ। ਮੈਂ ਸਮਝਦਾ ਕਿ ਜਿੱਥੇ ਉਹ ਸੰਗਤਾਂ ਨਤਮਸਤਕ ਹੁੰਦੀਆਂ ਨੇ ਉੱਥੇ ਵਿਸ਼ੇਸ਼ ਤੌਰ 'ਤੇ ਜੋ ਦੁਨੀਆ ਦਾ ਸਭ ਤੋਂ ਵੱਡਾ ਲੰਗਰ ਹਾਲ ਉਹ ਲੰਗਰ ਸ਼੍ਰੀ ਗੁਰੂ ਰਾਮਦਾਸ ਜੀ ਵਜੋਂ ਜਾਣਿਆ ਜਾਂਦਾ ਹੈ।
इत्थे एक ही पंगत विच बैठ के संगतां रोजाना लखां दी तादाद विच बैठ के लंगर गुरु का लंगर छकदियां ने। कोई इत्थे किसी नाल भेदभाव नहीं कीता जांदा, भावें उह अमीर है भावें उह गरीब है, उह सब एक ही पंगत विच लंगर हाल विच बैठ के लंगर छकदियां ने। ਜਿਹੜੀਆਂ ਲੱਖਾਂ ਸੰਗਤਾਂ ਨਤਮਸਤਕ ਹੋਣ ਵਾਸਤੇ ਆਉਂਦੀਆਂ, ਲੱਖਾਂ ਸੰਗਤਾਂ ਲੰਗਰ ਛਕਦੀਆਂ ਨੇ, ਉਹਨਾਂ ਵਾਸਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜੋ ਰਸਦਾਂ ਤਿਆਰ ਹੁੰਦੀਆਂ ਨੇ, ਮੈਂ ਸਮਝਦਾ ਕਿ ਲਗਭਗ ਰੋਜ਼ਾਨਾ 90 ਤੋਂ 100 ਕੁਇੰਟਲ ਆਟੇ ਦਾ ਪ੍ਰਸ਼ਾਦਾ ਤਿਆਰ ਹੁੰਦਾ ਹੈ, 20 ਤੋਂ 25 ਕੁਇੰਟਲ ਜਿਹੜੀਆਂ ਦਾਲਾਂ ਬਣਦੀਆਂ ਹਨ, ਇਸੇ ਤਰ੍ਹਾਂ 20-25 ਕੁਇੰਟਲ ਜਿਹੜੇ ਸਬਜ਼ੀਆਂ ਨੇ ਉਹ ਮੌਸਮੀ ਸਬਜ਼ੀਆਂ ਨੇ, ਗਰਮੀਆਂ ਦੀਆਂ ਵੱਖਰੇ ਸਬਜ਼ੀਆਂ ਹੁੰਦੀਆਂ ਹਨ, ਜੋ ਸਿਆਲ ਆਵੇ ਸਿਆਲ ਦੀਆਂ ਸਬਜ਼ੀਆਂ ਵੱਖਰੀਆਂ ਤਿਆਰ ਕਰਕੇ ਲੰਗਰ ਹਾਲ ਵਿੱਚ ਪਰਤਾਈ ਜਾਂਦੀਆਂ। ਇਸੇ ਤਰ੍ਹਾਂ ਮੈਂ ਸਮਝਦਾ ਕਿ ਰੋਜ਼ਾਨਾ ਕੁਇੰਟਲਾਂ ਦੇ ਹਿਸਾਬ ਦੇ ਦੁੱਧ ਨਾਲ ਖੀਰ ਜਾਂ ਮਿੱਠੇ ਦੇ ਵਿੱਚ ਜੋ ਪ੍ਰਸ਼ਾਦ ਦੀ ਦੇਗ ਉਹ ਤਿਆਰ ਕਰਕੇ ਲੰਗਰ ਵਿੱਚ ਵਰਤਾਈ ਜਾਂਦੀ ਹੈ। ਇਹ ਜੋ ਲੰਗਰ ਹਾਲ ਵਿੱਚ ਲੰਗਰ ਤਿਆਰ ਕੀਤਾ ਜਾਂਦਾ ਹੈ, ਇੱਥੇ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਇਹ ਸਾਰਾ ਲੰਗਰ ਦੇਸੀ ਘਿਓ ਦੇ ਨਾਲ ਤਿਆਰ ਕੀਤਾ ਜਾਂਦਾ ਹੈ। ਰੋਜ਼ਾਨਾ 6-7 ਕੁਇੰਟਲ ਦੇਸੀ ਘਿਓ ਜੋ ਲੰਗਰਾਂ ਵਾਸਤੇ ਦੀ ਲਾਗਤ ਹੈ, ਜਿੱਥੇ ਲੰਗਰਾਂ ਦੀਆਂ ਦਾਲਾਂ ਤਿਆਰ ਹੁੰਦੀਆਂ ਹਨ ਉੱਥੇ ਮੈਂ ਸਮਝਦਾ ਜੋ ਪ੍ਰਸ਼ਾਦੇ ਤਿਆਰ ਹੁੰਦੇ ਹਨ ਉਹਨਾਂ ਨੂੰ ਵੀ ਦੇਸੀ ਘਿਓ ਨਾਲ ਚੋਪੜ ਕੇ ਇਹਨਾਂ ਸੰਗਤਾਂ ਨੂੰ ਲੰਗਰ ਦੇ ਵਿੱਚ ਵਰਤਾਇਆ ਜਾਂਦਾ ਹੈ। ਸਮਝਦਾ ਕਿ 7 ਕੁਇੰਟਲ ਦੇ ਕਰੀਬ ਲਗਭਗ ਰੋਜ਼ਾਨਾ ਹੀ ਵੱਧ ਵੀ ਜਾਂਦਾ ਹੈ, ਹੋ ਸਕਦਾ ਕਿਤੇ ਸੰਗਤ ਥੋੜ੍ਹੀ ਜਿਹੀ ਘੱਟ ਜਾਵੇ ਅਤੇ ਥੋੜ੍ਹਾ ਜਿਹਾ ਜਿਹੜਾ ਘਿਓ ਹੈ ਉਹ ਘੱਟ ਵੀ ਜਾਂਦਾ, ਪਰ 6-7-8 ਕੁਇੰਟਲ ਦੇ ਕਰੀਬ ਲਗਭਗ ਦੇਸੀ ਘਿਓ ਦੀ ਲਾਗਤ ਰੋਜ਼ ਆਉਂਦੀ ਹੈ। ਜੇ ਪਹਿਲੇ ਤਾਂ ਜਦੋਂ ਹੁਣ ਗੈਸ ਪਾਈਪ ਪੈ ਗਈ ਹੈ ਉਸ ਤੋਂ ਪਹਿਲਾਂ ਲਗਭਗ ਰੋਜ਼ ਹੀ 100 ਸਿਲੰਡਰ ਜਿਹੜਾ ਰੋਜ਼ਾਨਾ ਲੱਗਦਾ ਸੀ, ਹੁਣ ਗੈਸ ਪਾਈਪ ਲੱਗਣ ਕਾਰਨ ਜੋ ਮੈਂ ਸਮਝਦਾ ਕਿ ਜਿਹੜੀਆਂ ਭੱਠੀਆਂ ਨੇ ਉਹਨਾਂ ਦੇ ਉੱਤੇ ਹੀ ਇਹ ਇਕੱਲੇ ਲਗਾਏ ਗਏ ਨੇ ਅਤੇ 20 ਸਿਲੰਡਰ ਦੀ ਲਾਗਤ ਆਉਂਦੀ ਹੈ, ਪਰ 100 ਸਿਲੰਡਰ ਦੀ ਜਿਹੜੀ ਲਾਗਤ ਹੈ ਉਹ ਗੈਸ ਪਾਈਪ ਜੋ ਕਨੈਕਸ਼ਨ ਨੇ ਉਹਨਾਂ ਦੇ ਲਾਗਤ ਹੁੰਦੀ ਹੈ। ਮੈਂ ਸਮਝਦਾ ਕਿ ਜਿੱਥੇ ਗੈਸ ਪਾਈਪ ਦੀ ਅਸੀਂ ਵਰਤੋਂ ਕਰਦੇ ਹਾਂ ਉੱਥੇ ਲੰਗਰ ਤਿਆਰ ਕਰਨ ਵਾਸਤੇ ਸਾਡੇ ਕੋਲ ਪੁਰਾਤਨ ਜੋ ਬਾਲਣ ਵਾਲੀਆਂ ਭੱਠੀਆਂ ਨੇ ਉਹ ਵੀ ਸਾਡੇ ਕੋਲ ਮੌਜੂਦ ਨੇ। ਜਦੋਂ ਕਿਤੇ 1-2 ਭੱਠੀਆਂ ਜਿਹੜੀਆਂ ਬਾਲਣ ਦੇ ਉੱਤੇ ਦਾਲ ਜਿਹੜੀ ਹੈ ਬਾਲਣ ਦੇ ਉੱਪਰ ਤਿਆਰ ਕੀਤੀ ਜਾਂਦੀ ਹੈ ਉਸ ਉੱਪਰ ਵੀ ਕੁਇੰਟਲਾਂ ਦੇ ਹਿਸਾਬ ਨਾਲ ਰੋਜ਼ਾਨਾ ਬਾਲਣ ਜਿਹੜਾ ਖਰਚ ਹੁੰਦਾ। ਇਹ ਕਰਕੇ ਰੋਜ਼ਾਨਾ ਹੀ ਮੈਂ ਸਮਝਦਾ 1 ਗੱਡੀ ਬਾਲਣ ਦੀ ਜੋ ਲੰਗਰ ਹਾਲ ਵਾਸਤੇ ਲਿਆਂਦੀ ਜਾਂਦੀ ਹੈ ਉਹ 1-2 ਦਿਨ ਤੱਕ ਲੰਗਰ ਵਾਸਤੇ ਜਿਹੜੀ ਬਾਲਣ ਦੀ ਖਪਤ ਹੁੰਦੀ ਹੈ। ਬਿਲਕੁਲ, ਜਿੱਥੇ ਤੱਕ ਗੁਰਪੁਰਬ ਦੇ ਦਿਨ ਨੇ ਜਾਂ ਦਿਨ ਤਿਉਹਾਰ ਮੱਸਿਆ ਦਾ ਦਿਹਾੜਾ ਹੈ ਇੱਥੇ ਮੈਂ ਸਮਝਦਾ ਕਿ ਸੰਗਤ ਦੀ ਕੋਈ ਗਿਣਤੀ ਮਿਣਤੀ ਨਹੀਂ ਕਰ ਸਕਦਾ, ਪਰ ਫਿਰ ਵੀ ਅਸੀਂ ਸਮਝਦੇ ਕਿ ਜੇ ਰੋਜ਼ਾਨਾ 1-1.5 ਲੱਖ ਸੰਗਤ ਆਉਂਦੀ ਹੈ ਅਤੇ 3-4 ਗੁਣਾ ਸੰਗਤ ਇਹਨਾਂ ਦੀ ਆਮਦ ਗੁਰਪੁਰਬ ਅਤੇ ਸ੍ਰੀ ਗੁਰੂ ਰਾਮਦਾਸ ਜੀ ਗੁਰਪੁਰਬ ਜਾਂ ਬੰਦੀ ਛੋੜ ਦਿਵਸ ਦੀਵਾਲੀ ਜਾਂ ਮੱਸਿਆ ਦੇ ਦਿਹਾੜੇ ਜਿਹੜੇ ਨੇ ਜਾਂ ਹੋਰ ਕੋਈ ਦਿਨ ਤਿਉਹਾਰ ਜਿਹੜੇ ਗੁਰੂ ਸਾਹਿਬ ਦੇ ਹੁੰਦੇ ਆ ਉਹਦੇ ਵਿੱਚ ਵੀ ਸੰਗਤਾਂ ਦੀ ਆਮਦ ਜਿਹੜੀ ਹੈ 3-4 ਗੁਣਾ ਜਿਹੜੀ ਸੰਗਤ ਦੀ ਆਮਦ ਵੱਧ ਜਾਂਦੀ ਹੈ। ਜੇਕਰ ਉਹ 3-4 ਗੁਣਾ ਸੰਗਤ ਦੀ ਆਮਦ ਵੱਧਦੀ ਹੈ ਅਤੇ ਉਸੇ ਪ੍ਰਕਾਰ ਲੰਗਰ ਦਾ ਜੋ ਰਾਸ਼ਨ ਹੈ ਉਹ ਵੀ ਉਹਦੀ ਆਮਦ ਵੱਧਦੀ ਹੈ। ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਜੋ ਲੰਗਰ ਹਾਲ ਹੈ ਇਸ ਵਿੱਚ ਰੋਜ਼ਾਨਾ 1 ਦਾਲ 1 ਸਬਜ਼ੀ ਚੌਲ ਪ੍ਰਸ਼ਾਦੇ ਮਿੱਠੇ ਦੇ ਵਿੱਚੋਂ ਖੀਰ ਜਾਂ ਪ੍ਰਸ਼ਾਦ ਜਾਂ ਮਿੱਠੇ ਚੌਲ ਰੋਜ਼ਾਨਾ ਤਿਆਰ ਕਰਕੇ ਇਸ ਲੰਗਰ ਹਾਲ ਵਿੱਚ ਪੰਗਤ 'ਚ ਬਿਠਾ ਕੇ ਸੰਗਤਾਂ ਨੂੰ ਛਕਾਇਆ ਜਾਂਦਾ। ਦੇਖੋ ਜਿੱਥੋਂ ਤੱਕ ਗੱਲ ਆ ਕਿ ਸੰਗਤ ਦੀ ਆਮਦ ਇਕੱਲਾ ਦਰਬਾਰ ਸਾਹਿਬ ਦਾ ਸਟਾਫ ਲੰਗਰ ਵਾਲਾ ਨਹੀਂ ਸੇਵਾ ਨਿਭਾ ਸਕਦਾ, ਇੱਥੇ ਜਿਹੜੇ ਪ੍ਰੇਮੀ ਰੋਜ਼ਾਨਾ ਆਉਂਦੇ ਨੇ ਜਾਂ ਬਾਹਰੋਂ ਜਿਹੜੀਆਂ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਨੇ ਉਹਨਾਂ ਦੇ ਵਿਸ਼ੇਸ਼ ਸਹਿਯੋਗ ਨਾਲ ਲੰਗਰ ਵੀ ਤਿਆਰ ਕੀਤਾ ਜਾਂਦਾ ਹੈ। ਜਿਹੜਾ ਲੰਗਰ ਹਾਲ ਦੇ ਵਿੱਚ ਲੰਗਰ ਵਰਤਾਉਣ ਸਮੇਂ ਜਿਹੜੀਆਂ ਸੰਗਤਾਂ ਜਿਹੜੀਆਂ ਸੇਵਾ ਵੀ ਕਰਦੀਆਂ ਹਨ, ਜਿੱਥੋਂ ਤੱਕ ਸਟਾਫ ਦੀ ਗੱਲ ਹੈ ਲਗਭਗ 400-500 ਸੇਵਾਦਾਰ ਜਿਹੜਾ ਉਹ ਰੋਜ਼ਾਨਾ ਜਿਹੜਾ ਲੰਗਰ ਹਾਲ ਵਿੱਚ ਹੁੰਦਾ ਆਪੋ ਆਪਣੀਆਂ ਸ਼ਿਫਟਾਂ ਦੇ ਵਿੱਚ ਹੁੰਦਾ, ਕੁਝ ਸਵੇਰੇ ਹੁੰਦੇ ਆ, ਕੋਈ ਦੁਪਹਿਰ ਵਾਲਾ ਸ਼ਿਫਟ ਹੈ, ਕੋਈ ਰਾਤ ਵਾਲੀਆਂ ਸ਼ਿਫਟਾਂ ਬਣੀਆਂ ਨੇ, ਅੱਜ ਵਾਲੀ ਸ਼ਿਫਟ ਵੱਖਰੀ ਹੈ, ਕੱਲ੍ਹ ਵਾਲੀ ਵੱਖਰੀ ਹੈ।
मैं दस रहा जी 400 के लगभग जो स्टाफ है वह शिफ्टां दे विच जो लंगर तैयार किया वास्ते हलवाई अलग ने उहदे वास्ते सेवा दल वखरे ने जे भांड्यां दी सांभ संभाल करन लई उहनां वास्ते स्टाफ वखरा जे कोई रस्त कढ़नी है उहदे वास्ते स्टाफ वखरा स्टोर चो दालां जिहड़ियां देणियां ने जां सब्जियां खरीद करनियां उहनां वास्ते सारा स्टाफ इह वखरा बड़े वड्डे पद्धर ते सचखंड श्री दरबार साहिब दे मैनेजर साहब सरदार भगवंत सिंह ढंगेड़ा जी वल्लों सरदार हरजिंदर सिंह एडवोकेट साहब जो साडे सत्कारयोग श्रोमणी गुरुद्वारा प्रबंधक कमेटी के प्रधान साहब ने उन्हां दे आदेशां ते लंगर का प्रबंध बहुत वधिया ते सुचिजे ढंग नाल चला रहे जिन्ने भी स्टाफ की लोड़ पैंदी है सानू स्टाफ भी मुहैया करवाउंदे आ ते जे घट पै जिहदे असीं संगतां नूं बेनती भी करदे आ उह भी आ के लंगरां दे विच रोजाना सेवावां आपणियां निभाउंदे ने। बिलकुल जी लोहां ते भी प्रशादा तैयार हुंदा है मशीनां ते भी तैयार हुंदा है पर मैं समझदा कि जिहड़ा मशीनी प्रशादा है उह लोहां नालों भी वधिया प्रशादा है इह दोवां थावां ते जिहड़ा प्रशादा तैयार हुंदा जी। चौबी घंटे ही प्रशादा जिहड़ा लंगर दे विच वरताया जांदा जो आप 24 घंटे लंगर च प्रशादा तैयार करना है ते 24 घंटे लंगर हाल दे विच लंगर प्रशादा तैयार किया जांदा जी। लगभग मैं समझना कि 5000 के करीब संगत जिहड़ी हाल दे विच बैठ जांदी है दो हाल ने इन्हां दोवां हालां दे विच संगत बैठ के एक समय च प्रशादा छकदी है। वाहेगुरु जी का खालसा वाहेगुरु जी की फतह।